ਰਾਈਟ ਟੂ এডਿਕੇਸ਼ਨ ਐਕਟ ਅਨੁਸਾਰ ਜੇ ਦੱਸ ਦਿਆਂ ਕਿ ਇੱਕ ਸਕੂਲ ਜਿਹੜਾ ਆ 25% ਜਿਹੜੇ ਬੱਚੇ ਆ ਉਹਨਾਂ ਨੂੰ ਮੁਫਤ ਪੜ੍ਹਾਈ ਜਿਹੜੀ ਅਮਹਈਆ ਕਰਾਊਗਾ ਪਰ ਜਿਹੜੀ ਪੜ੍ਹਾਈ ਆ ਉਹ ਮਹਈਆ ਨਹੀਂ ਕਰਾ ਰਹੀ ਕਰਾਈ ਜਾ ਰਹੀ ਅਗਰ ਬੱਚਾ ਟਾਈਮ ਸਰ ਨਹੀਂ ਪਰ ਰਿਹਾ ਮਾਂ ਪਿਓ ਟਾਈਮ ਸਰ ਨਹੀਂ ਪਰ پا ਰਹੇ ਕਿਸੇ ਕਾਰਨ ਵਾਸਤੇ ਤੇ ਇਹ ਬੱਚਿਆਂ ਨੂੰ ਬਾਹਰ ਕੱਢ ਰਹੇ ਨੇ ਆਪਣੇ ਗਰੁੱਪਾਂ 'ਚੋਂ ਬਾਹਰ ਕੱਢ ਰਹੇ ਨੇ ਉਹਨਾਂ ਨੂੰ ਐਜੂਕੇਸ਼ਨ ਨਹੀਂ ਦੇ ਰਹੇ ਕਿ ਮੇਰੀ ਦੁਕਾਨ ਤੇ ਅੱਜ ਕੰਮ ਨਹੀਂ ਹੈ ਤਾਂ ਮੈਨੂੰ ਸਰਕਾਰ ਆ ਕੇ ਪੈਸੇ ਦੇਊਗੀ ਜਾਂ ਲੋਕਾਂ પાસે ਕਜੀ ਦੇਣੀ ਹੈ ਅਗਰ ਨਹੀਂ ਦਿੰਦੇ ਤਾਂ ਫਿਰ ਸਕੂਲਾਂ ਕੋਲੇ ਕੀ ਰਾਈਟ ਹੈ ਇਹ ਵੀ ਉਦਾਂ ਬਿਜ਼ਨਸ ਕਰਦੇ ਪਏ ਆ ਤਾਂ ਫਿਰ ਜੇ ਆਪਣੀ ਜੇਬ ਚੋਂ ਖਰਚਾ ਕਰ ਲੈਣਗੇ ਇੱਕ ਸਾਲ ਤਾਂ ਕਿੰਨਾ ਕੁ ਫਾਇਦਾ ਉਹਨਾਂ ਦੇ ਕੋਈ ਬਿਲਡਿੰਗ ਦਾ ਖਰਚਾ ਨਹੀਂ ਆਇਆ ਕੋਈ ਬਿਜਲੀ ਦਾ ਖਰਚਾ ਨਹੀਂ ਆਇਆ ਪੀਣ ਰੱਖੇ ਹੁੰਦੇ ਆ ਗਰਾਊਂਡ ਲੈਵਲ ਤੇ ਉਹਨਾਂ ਦਾ ਕੋਈ ਖਰਚਾ ਨਹੀਂ ਆਇਆ ਹੋਰ ਟਰਾਂਸਪੋਰਟ ਦਾ ਕੋਈ ਖਰਚਾ ਨਹੀਂ ਆਇਆ ਫਿਰ ਉਹ ਫੀਸ 100% ਕਿਵੇਂ ਲੈ ਸਕਦੇ ਆ ਤੇ ਮੈਨੂੰ ਗਵਰਨਮੈਂਟ ਨੇ 7 ਮਹੀਨੇ ਤਨਖਾਹ ਨਹੀਂ ਦਿੱਤੀ ਮੈਂ ਕਿੱਥੋਂ ਭਰਦਾ ਬੱਚਿਆਂ ਦੀ ਫੀਸ ਜੇ ਕਿਸੇ ਪੇਰੈਂਟਸ ਨੇ ਇਹਨਾਂ ਦੀ ਦਿੱਤੀ ਧਮਕੀ ਮਤਾਤ ਜੇ ਕੋਈ ਆਵਦਾ ਅਡਰਸ ਸਟੈਪ ਚੱਕ ਲਿਆ ਉਹਦੀ ਜ਼ਿੰਮੇਵਾਰੀ ਇਥੋਂ ਦੇ ਜਿਹੜੀ ਨਿੱਜੀ ਸਕੂਲ ਦੇ ਜ਼ਿੰਮੇਵਾਰ ਹੋਣਗੇ ਪ੍ਰਸ਼ਾਸਨ ਹੋਵੇਗਾ। ਸਾਰੇ ਐਮਐਲਏ ਵਿੱਚੋਂ ਮੈਨੂੰ ਲੱਗਦਾ ਹੈ ਵੀ 30-35 ਐਮਐਲਏ ਦੇ ਆਪ ਦੇ ਸਕੂਲ ਹੋਣਗੇ। ਤੋਂ ਕਿਉਂ ਇਹ ਫੈਸਲਾ ਲੈਣਗੇ? ਕਿਉਂ ਆਰਡੀਨੈਂਸ ਕੱਢਣਗੇ? ਜਿੰਦਾਬਾਦ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਿਮਰਨਜੀਤ ਸਿੰਘ ਸਿਮਰਾ ਸਵਾਗਤ ਕਰਦਾ ਹਾਂ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਕਿਲੇ ਵਾਲੇ ਪਾਰਕ ਦੇ ਵਿੱਚ ਜਿੱਥੇ ਬੱਚਿਆਂ ਦੇ ਮਾਪਿਆਂ ਵੱਲੋਂ ਇੱਕ ਇਕੱਤਰਤਾ ਰੱਖੀ ਗਈ ਸੀ ਉਹ ਇਕੱਤਰਤਾ ਦਾ ਜਿਹੜਾ ਮਕਸਦ ਇਹ ਸੀ ਕਿ ਇਹਨਾਂ ਦੇ ਬੱਚਿਆਂ ਨੂੰ ਸਕੂਲਾਂ ਵੱਲੋਂ ਸਟੱਡੀ ਗਰੁੱਪ ਜਿਹੜੇ ਬਣਾਏ ਗਏ ਆ ਉਹਨਾਂ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਪਿਛਲੇ ਦਿਨਾਂ ਦੌਰਾਨ ਜਿਹੜੀ ਇੱਕ ਗੱਲ ਸਾਹਮਣੇ ਆਈ ਹੈ ਕਿ ਲੋਕਡਾਊਨ ਦੇ ਵਿੱਚ ਵੀ ਜਿਹੜੇ ਸਕੂਲ ਆ ਉਹ ਬੱਚਿਆਂ ਦੇ ਮਾਪਿਆਂ ਤੋਂ ਸਕੂਲ ਜਿਹੜੇ ਆ ਫੀਸਾਂ ਮੰਗ ਰਹੇ ਨੇ ਉਹਦੇ ਲਈ ਇੱਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਵੀ ਜਿਹੜਾ ਦਾਇਰ ਕੀਤਾ ਗਿਆ ਸੀ ਉਹ ਕੇਸ ਦੇ ਵਿੱਚ ਵੀ ਜਿਹੜੀ ਆ কোর্ਟ ਨੇ ਮਾਪਿਆਂ ਨੂੰ ਕੋਈ ਜਿਹੜੀ ਵਿਸ਼ੇਸ਼ ਰਾਹਤ ਜਿਹੜੀ ਨਹੀਂ ਦਿੱਤੀ ਆ ਕੱਲ ਵਿਰੋਧੀ ਧਿਰ ਨੇ ਵੀ ਇਸ ਨੂੰ ਲੈ ਕੇ ਵਿਰੋਧ ਜਿਹੜਾ ਆ ਜਤਾਇਆ ਤਾਂ ਇੱਥੇ ਮਾਪੇ ਜਿਹੜੇ ਆ ਸਾਡੇ ਨਾਲ ਮੌਜੂਦ ਨੇ ਤਾਂ ਹੋਰ ਜਿਹੜੇ ਆਗੂ ਨੇ ਇੱਥੇ ਜਿਹੜੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਆ ਬਾਈ ਮਨਦੀਪ ਸਿੰਘ ਗਿੱਲ ਜੀ ਗਰਜੋਤ ਸਿੰਘ ਬਰਾੜ ਜੀ ਹੋਰ ਵੀ ਆਗੂ ਜਿਹੜੇ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੁਹਾਡੀ ਜਿਹੜੀ ਕਤਤਤਾ ਹੋਈ ਆ ਜੀ ਇਹਦੇ ਵਿੱਚ ਕੀ ਜਿਹੜੇ ਤੁਹਾਡੇ ਪ੍ਰਤੀਕਰਮ ਤੁਸੀਂ ਲਏ ਨੇ ਤੇ ਕੀ ਅੱਗੇ ਤੁਸੀਂ ਕਾਰਵਾਈ ਪਾਉਂਗੇ ਦੇਖੋ ਕਰੋਨਾ ਦਾ ਸੰਕਟ ਚੱਲ ਰਿਹਾ ਤੇ ਸਕੂਲਾਂ ਵਾਲਿਆਂ ਨੇ ਕੀ ਕੀਤਾ ਅੱਜ ਸਵੇਰ ਜਿਹੜੇ ਬੱਚੇ ਇਹਨਾਂ ਨੇ ਐਜੂਕੇਸ਼ਨ ਗਰੁੱਪ ਬਣਾਏ ਸੀ ਪੜਾਉਣ ਦੇ ਲਈ ਆਨਲਾਈਨ ਉਹਨਾਂ ਵਿੱਚੋਂ ਬੱਚਿਆਂ ਨੂੰ ਕੜਤਾ तकरीबन तकरीबन 60 ਤੋਂ ਲੈ ਕੇ 70% ਬੱਚੇ ਨਿਕਲੇ ਆ ਉਹਦੇ ਵਿੱਚੋਂ ਸ਼ਾਇਦ ਬਾਕੀਆਂ ਨੇ ਫੀਸ ਭਰੀ ਹੋਵੇ ਉਹ ਨਹੀਂ ਕੱਢੇ ਗਏ ਸਾਡੀ ਇਹੀ ਮੰਗ ਹੈ ਕਿ ਰਾਈਟ ਟੂ ਐਜੂਕੇਸ਼ਨ ਹੈ ਦੇਖੋ ਦੇਸ਼ ਦੇ ਵਿੱਚ ਤੇ ਕਰੋਨਾ ਦੇ ਸੰਕਟ ਦੇ ਵਿੱਚ ਜਿੱਥੇ ਸਾਰੇ ਲੋਕ ਦਾਨ ਕਰ ਰਹੇ ਨੇ ਸਰਕਾਰੀ ਮੁਲਾਜ਼ਮ ਵੀ ਆਪਣੀ ਤਨਖਾਹ ਦੇ ਹਿੱਸੇ ਦਾਨ ਕਰ ਰਹੇ ਨੇ ਤੇ ਇਹ ਜੋ ਪ੍ਰਾਈਵੇਟ ਸੰਸਥਾਵਾਂ ਨੇ ਇਹ ਪੈਸੇ ਬਣਾਉਣ ਤੇ ਲੱਗੀਆਂ ਹੋਈਆਂ ਨੇ 100-100% ਪੈਸਾ ਮੰਗ ਰਹੇ ਨੇ ਅਗਰ ਬੱਚਾ ਟਾਈਮ ਸਰ ਨਹੀਂ ਪਰ ਰਿਹਾ ਮਾਂ ਪਿਓ ਟਾਈਮ ਸਰ ਨਹੀਂ ਪਰ پا ਰਹੇ ਕਿਸੇ ਕਾਰਨ ਵਾਸਤੇ ਤੇ ਇਹ ਬੱਚਿਆਂ ਨੂੰ ਬਾਹਰ ਕੱਢ ਰਹੇ ਨੇ ਆਪਣੇ ਗੁਰਪਾਂ 'ਚੋਂ ਬਾਹਰ ਕੱਢ ਰਹੇ ਨੇ ਉਹਨਾਂ ਨੂੰ ਐਜੂਕੇਸ਼ਨ ਨਹੀਂ ਦੇ ਰਹੇ ਇਹ ਸਰਕਾਰ ਜੋ ਇਹਨੇ ਕਰ ਰਹੇ ਨੇ ਬਹੁਤ ਖਿਲਾਫ ਹੈ ਦੇਸ਼ ਦੇ ਤੇ ਬੱਚਿਆਂ ਦੇ ਖਿਲਾਫ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਦੁਰਗਾਮੀ ਸਿੱਟੇ ਨਿਕਲਣਗੇ ਤਾਂ ਇਹ ਕਹਿ ਰਹੇ ਨੇ ਜੀ ਹਨਾ ਰਾਈਟ ਟੂ ਐਜੂਕੇਸ਼ਨ ਐਕਟ ਦੀ ਇਹਨਾਂ ਨੇ ਗੱਲ ਕੀਤੀ ਹੈ ਰਾਈਟ ਟੂ ਐਜੂਕੇਸ਼ਨ ਐਕਟ ਅਨੁਸਾਰ ਜੇ ਦੱਸ ਦਿਆਂ ਕਿ ਇੱਕ ਸਕੂਲ ਜਿਹੜਾ ਆ 25% ਜਿਹੜੇ ਬੱਚੇ ਆ ਉਹਨਾਂ ਨੂੰ ਮੁਫਤ ਪੜ੍ਹਾਈ ਜਿਹੜੀ ਅਮਹਈਆ ਕਰਾਊਗਾ ਪਰ ਜਿਹੜੀ ਪੜ੍ਹਾਈ ਆ ਉਹ ਮਹਈਆ ਨਹੀਂ ਕਰਾ ਰਹੀ ਕਰਾਈ ਜਾ ਰਹੀ ਸਾਡੇ ਨਾਲ ਗਰਗ ਜੀ ਵੀ ਮੌਜੂਦ ਨੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਜੀ ਤੁਹਾਡੇ ਇਹਦੇ ਬਾਰੇ ਸਸ਼ੀ ਗੱਲ ਜੀ ਮੇਰਾ ਨਾਮ ਰਾਜਕੁਮਾਰ ਗਰਗੇ ਆ ਬਹੁਤ ਸਾਰੇ ਦੋਸਤ ਮੈਨੂੰ ਜਾਣਦੇ ਨੇ ਸਰ ਆਪਾਂ ਸੰਘਰਸ਼ ਦੀ ਗੱਲ ਕਰੀਏ ਅੱਜ ਪੇਰੈਂਟਸ ਦੇ ਜੋ ਹਾਲਾਤ ਹੈ ਉਹ ਕਿਸੇ ਤੋਂ ਲੁਕੇ ਹੋਏ ਨਹੀਂ ਹਾਈ ਕੋਰਟ ਦੇ ਅੰਦਰ ਕੇਸ ਚੱਲਦਾ ਪਿਆ ਹੈ ਬੱਚਿਆਂ ਦਾ ਸਕੂਲਾਂ ਦਾ ਪਰ ਉਹਦੇ باوجود ਫਸਟ ਆਫ 올 ਤਾਂ ਬੱਚਿਆਂ ਨੂੰ ਗਰੁੱਪਾਂ ਚੋਂ ਕੱਢਣਾ ਇਟਸੈਲਫੀ ਬਹੁਤ ਮਾੜੀ ਗੱਲ ਆ ਚਾਹੇ ਕੋਈ ਵੀ ਸਕੂਲ ਹੈ ਇਹ ਆਪਣਾ ਵੇਰਵਾ ਦਿੰਦੇ ਆ ਕਿ ਜੀ ਸਾਡੇ ਕੋਲੇ ਟੀਚਰਾਂ ਨੂੰ ਦੇਣ ਲਈ ਤਨਖਾਹ ਨਹੀਂ ਸ਼ਾਇਦ ਇਹ ਨਹੀਂ ਜਾਣਦੇ ਕਿ 6-6 ਮਹੀਨੇ ਦੀਆਂ ਤਨਖਾਹਾਂ ਸਕੂਲਾਂ ਦੀਆਂ ਆਲਰੇਡੀ ਰਿਜ਼ਰਵ ਹੁੰਦੀਆਂ ਨੇ ਡੀਓ ਦਫ਼ਤਰ ਦੇ ਅੰਦਰ ਗਵਰਨਮੈਂਟ ਦੇ ਕੋਲ ਤੇ ਸਚੀਮੇ ਨਹੀਂ ਆਦੀਆਂ ਉਹ ਯੂਜ਼ ਕਰ ਸਕਦੇ ਨਹੀਂ ਅਨੈਕਸਟ ਸਟੈਪ ਅਗਰ ਆਪਾਂ 20-20 ਸਾਲ ਤੋਂ ਕੋਈ ਸਕੂਲ ਲਗਾਤਾਰ ਰਨ ਕਰ ਰਹੇ ਆ ਕਿ ਆਪਣੇ ਕੋਲੇ ਇੰਨੇ ਵੀ ਸਫੀਸ਼ੀਐਂਟ ਫੰਡਸ ਨਹੀਂ ਹੁੰਦੇ ਕਿ ਅਸੀਂ 1 ਸਾਲ ਦੇ ਲਈ ਆਪਣੇ ਬੱਚਿਆਂ ਨੂੰ ਆਪਣੇ ਪੇਰੈਂਟਸ ਨੂੰ ਜਾਂ ਆਪਣੇ ਟੀਚਰਸ ਨੂੰ ਹੈਂਡਲ ਕਰਕੇ ਰੱਖ ਸਕੀਏ ਲਾਸਟ ਗੱਲ ਕਹੇ ਕਿ ਮੈਂ ਆਪਣੀ ਗੱਲ ਨੂੰ ਸਮਾਪਤ ਕਰੂੰਗਾ ਸਰ ਸਕੂਲਾਂ ਵੀ ਆਪਣੇ ਬਿਜ਼ਨਸ ਚਲਾਉਂਦੀਆਂ ਕਿ ਮੇਰੀ ਦੁਕਾਨ ਤੇ ਅੱਜ ਕੰਮ ਨਹੀਂ ਹੈ ਤਾਂ ਮੈਨੂੰ ਸਰਕਾਰ ਆ ਕੇ ਪੈਸੇ ਦੇਊਗੀ ਜਾਂ ਲੋਕ ਆ ਕੇ ਪੈਸੇ ਦੇਣਗੇ ਅਗਰ ਨਹੀਂ ਦਿੰਦੇ ਤਾਂ ਫਿਰ ਸਕੂਲਾਂ ਕੋਲੇ ਕੀ ਰਾਈਟ ਹੈ ਇਹ ਵੀ ਓਦਾਂ ਬਿਜ਼ਨਸ ਕਰਦੇ ਪਏ ਆਂ ਤਾਂ ਫਿਰ ਜੀ ਆਪਣੀ ਜੇਬ ਚੋਂ ਖਰਚਾ ਕਰ ਲੈਣਗੇ ਇੱਕ ਸਾਲ ਤਾਂ ਕਿੰਨਾ ਫਰਕ ਪੈ ਜਾਏਗਾ ਤਾਂ ਇਹ ਕਹਿ ਰਹੇ ਨੇ ਜੀ ਜਿਹੜੇ ਸਕੂਲ ਆ ਉਹ ਵੀ ਬਿਜ਼ਨਸ ਕਰ ਰਹੇ ਨੇ ਬੱਚਿਆਂ ਤੋਂ ਜਿਹੜੀ ਆ ਫੀਸ ਤੱਕੇ ਨਾ ਜਿਹੜੀ ਆ ਵਸੂਲੀ ਜਾ ਰਹੀ ਆ ਲੋਕਡਾਊਨ ਦੇ ਚੱਲਦਿਆਂ ਤਾਂ ਹਰਪ੍ਰੀਤ ਸਿੰਘ ਖਾਲਸਾ ਜੀ ਵੀ ਮੌਜੂਦ ਨੇ ਤਾਂ ਖਾਲਸਾ ਜੀ ਅੱਜ ਜਿਹੜੀ ਇਕੱਤਰਤਾ ਤੁਸੀਂ ਇੱਥੇ ਸੱਦੀ ਆ ਤਾਂ ਕੀ ਜਿਹੜੇ ਤੁਸੀਂ ਪ੍ਰੋਗਰਾਮ ਉਲੀਕੇ ਨੇ ਆਨ ਆਲੇ ਸਮੇਂ 'ਚ ਤੁਹਾਡਾ ਜਿਹੜਾ ਪ੍ਰਤੀਕਰਮ ਕੀ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰ ਤੋਂ ਹੀ ਕਾਫੀ ਦੇਖ ਰਹੇ ਸੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਪੇ ਉਹ ਪੇਰੈਂਟਸ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਵਾਸਤੇ ਪਤਾ ਨਹੀਂ ਕਿਸ ਤਰ੍ਹਾਂ ਬੱਚਿਆਂ ਨੂੰ ਮੋਬਾਈਲ ਲੈ ਕੇ ਦਿੱਤੇ ਨੇ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਨੈੱਟ ਪੈਕ ਪਵਾ ਰਹੇ ਨੇ ਤੇ ਕਿਸ ਤਰ੍ਹਾਂ ਜਿਹੜੀਆਂ ਸਾਡੀਆਂ ਘਰ ਦੇ ਵਿੱਚ ਬੀਬੀਆਂ ਬੈਠੀਆਂ ਕਿਉਂ ਆਨਲਾਈਨ ਐਜੂਕੇਸ਼ਨ ਦੇ ਨਾਲ ਨਾਲ ਜਿਹੜੀਆਂ ਸਾਡੀਆਂ ਪੜਣਾ ਬੱਚਿਆਂ ਨੂੰ ਪੜਾ ਰਹੀਆਂ ਉਹ ਕਿਸ ਤਰ੍ਹਾਂ ਪੜਾ ਰਹੀਆਂ ਨੇ ਇਹ ਕਈ ਘਰਾਂ ਦੇ ਵਿੱਚ ਇਸ ਪੜ੍ਹਾਈ ਨੂੰ ਲੈ ਕੇ ਬਹੁਤ ਜ਼ਿਆਦੀ ਜਿਹੜੀ ਸਮੱਸਿਆ ਦੇਖੀ ਆ ਅਸੀਂ ਸੁਣੀ ਆ ਪਰ ਅੱਜ ਜਿਹੜਾ ਹੋਇਆਗਾ ਕਿ ਬੱਚਿਆਂ ਨੂੰ ਉਸ ਗਰੁੱਪ ਦੇ ਵਿੱਚੋਂ ਬਾਹਰ ਕੱਢ ਦੇਣਾ ਸਕੂਲ ਮੈਨੇਜਮੈਂਟਾਂ ਵੱਲੋਂ ਬਹੁਤ ਹੀ ਜਿਹੜੀ ਮਾੜੀ ਜਿਹੜੀ ਉਹ ਘਟਣਾ ਹੈਗੀ ਆ ਇਸ ਦੇ ਲਈ ਕੋਟਕਪੁਰ ਦੇ ਜਿਹੜੇ ਚਿੰਤਤ ਲੋਕ ਨੇ ਉਹ ਅੱਜ ਇੱਥੇ ਇਕੱਠੇ ਹੋਏ ਸੀ ਵਧਾਈ ਦੇ ਪਾਦਰ ਨੇ ਉਮੀਦ ਕਰਦਾ ਕਿ ਵੱਡਾ ਐਜੀਟੇਸ਼ਨ ਇਹ ਕਰਨਗੇ ਇਸ ਮੁੱਦੇ ਨੂੰ ਲੈ ਕੇ ਮੇਰੀ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਸੋਮਵਾਰ ਤੋਂ ਪਹਿਲਾਂ ਪਹਿਲਾਂ ਕਿ ਜਿਹੜੇ ਬੱਚੇ ਵੱਖ-ਵੱਖ ਸਕੂਲਾਂ ਦੇ ਜਿਹੜੇ ਹੈਗੇ ਉਹਨਾਂ ਨੂੰ ਜਿਹੜੇ-ਜਿਹੜੇ ਗਰੁੱਪਾਂ ਦੇ ਵਿੱਚੋਂ ਕੱਢਿਆ ਗਿਆ ਪ੍ਰਸ਼ਾਸਨ ਉਹਨਾਂ ਬੱਚਿਆਂ ਨੂੰ ਉਹਨਾਂ ਗਰੁੱਪਾਂ ਦੇ ਵਿੱਚ ਐਡ ਕਰਵਾਵੇ ਨਹੀਂ ਤਾਂ ਜਿਹੜਾ ਸੋਮਵਾਰ ਨੂੰ ਜਿਹੜਾ ਹੈਗਾ ਇਸ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਕਿ 10 ਵਜੇ ਜਿਹੜਾ ਹੈਗਾ ਅਸ਼ੋਕਾ پارک ਜਿਹੜਾ ਫਰੀਦਕੋਟ ਰੋਡ ਦੇ ਉੱਪਰ ਹੈ ਸਿਵਲ ਹਸਪੀਟਲ ਦੇ ਸਾਹਮਣੇ ਉੱਥੇ ਵੱਡੇ ਪੱਧਰ ਤੇ ਜਿਹੜੇ ਪੇਰੈਂਟਸ ਉਹ ਇਕੱਠੇ ਹੋਣਗੇ ਤੇ ਉਹਦਾ ਜਿਹੜਾ ਖਮਿਆਜਾ ਉਹ ਵਕ ਵਕ ਸਕੂਲ ਮੈਨੇਜਮੈਂਟਾਂ ਨੂੰ ਤੇ ਸਰਕਾਰ ਨੂੰ ਭੁਗਤਣਾ ਪੈ ਸਕਦਾ ਜੇ ਗੱਲ ਕਰਦੇ ਆ ਕਿ ਹਾਂ ਵੀ ਕਿ ਸਕੂਲ ਆਪਣੇ ਜਿਹੜੇ ਤਨਖਾਹਾਂ ਨਹੀਂ ਦੇ ਪਾਉਂਦੇ ਜਾਂ ਉਹਨਾਂ ਕੋਲੇ ਪੈਸੇ ਨਹੀਂ ਹੈਗੇ ਮੈਂ ਇਹ ਗੱਲ ਕਰਾਂ ਕਿ ਸਾਡੇ ਕੋਲੇ ਪੇਰੈਂਟਸ ਕੋਲੇ ਵੀ ਪੈਸੇ ਨਹੀਂ ਹੈਗੇ ਅਸੀਂ ਕਿੱਥੋਂ ਭਰਦੀਏ ਪੈਸੇ ਉਹ ਸਾਡੇ ਕੋਲ ਵੀ ਪੈਸੇ ਨਹੀਂ ਆ ਕਿ ਕਾਰੋਬਾਰ ਬੰਦ ਨੇ 6:30 ਵਜੇ ਤੋਂ ਬਾਅਦ ਹੁਣ ਜਿਹੜਾ ਕਰੋਨਾ ਬਾਹਰ ਆ ਜਾਂਦਾ ਉਸ ਕਰਕੇ ਦੁਕਾਨਾਂ ਵੀ ਬੰਦ ਕਰਵਾ ਦਿੰਦੀ ਹੈ ਗਵਰਨਮੈਂਟ ਮੈਨੂੰ 7 ਮਹੀਨੇ ਹੋ ਗਏ 6 ਮਹੀਨੇ ਗਵਰਨਮੈਂਟ ਜੌਬ ਮਿਲੀ ਨੂੰ ਤੇ ਮੈਨੂੰ ਗਵਰਨਮੈਂਟ ਨੇ ਇਹ 7 ਮਹੀਨੇ ਤਨਖਾਹ ਨਹੀਂ ਦਿੱਤੀ ਮੈਂ ਕਿੱਥੋਂ ਭਰਦਾ ਬੱਚਿਆਂ ਦੀ ਫੀਸ ਗਵਰਨਮੈਂਟ ਆਪਦਾ ਪੱਖ ਵੀ ਵੇਖੇ ਨਾ ਕਿ ਜਿਹੜੇ ਉਹਨਾਂ ਦੇ EMPLOYES ਹੈ ਮੰਨ ਲਓ ਮੈਨੂੰ 6 ਮਹੀਨੇ ਹੋ ਗਏ ਕਿ ਮੈਂ ਹੁਣ ਉੱਥੇ ਡਿਊਟੀ ਤੇ ਜਾਣਾ ਬੰਦ ਕਰਦਾ ਪਰ ਡਿਊਟੀ ਤਾਂ ਮੈਂ ਗਵਰਨਮੈਂਟ ਦੀ ਕਰ ਰਿਹਾ ਪਰ ਬੱਚਿਆਂ ਦੀ ਫੀਸਾਂ ਮੈਂ ਨਹੀਂ ਭਰ ਸਕਦਾ ਗਵਰਨਮੈਂਟ ਵੀ ਆਪਣਾ ਦੇਖੇ ਕਿ ਹਾਂ ਵੀ ਉਹ ਕਿਉਂ ਨਹੀਂ ਮਤਲਬ ਕਿ ਆਪਣੇ ਲੈਵਲ ਤੇ ਉਹ ਕਰ ਰਹੀ ਪਰ ਇਹ ਹੈ ਕਿ ਮੈਂ ਇਹ ਰੀ ਫੇਰ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਕਿ ਜਿਹੜੇ ਬੱਚਿਆਂ ਨੂੰ এডਿਕੇਸ਼ਨ ਤੋਂ ਵਾਂਝਾ ਰੱਖਿਆ ਜਾ ਰਿਹਾ ਉਹਨਾਂ ਨੂੰ ਉਸ ਐਜੂਕੇਸ਼ਨ ਦਾ ਜਿਹੜਾ ਹੱਕ ਆ ਉਹਨਾਂ ਦਾ ਉਹਨਾਂ ਨੂੰ ਦਿੱਤਾ ਜਾਵੇ ਨਹੀਂ ਤਾਂ ਸੋਮਵਾਰ ਨੂੰ ਵੱਡੇ ਪੱਧਰ ਤੇ ਜਿਹੜਾ ਉਹ ਐਜਿਟੇਸ਼ਨ ਸ਼ੁਰੂ ਹੋਣ ਜਾ ਰਿਹਾ ਕੋਰਟ ਕੋਪਰੇ ਦੇ ਵਿੱਚ ਤਾਂ ਇਹ ਕਹ ਰਹੇ ਨੇ ਜੀ ਵੱਡੇ ਪੱਧਰ ਤੇ ਜਿਹੜੀ ਇਹ ਮੁਹਿੰਮ ਜਿਹੜੀ ਆ ਛੇੜੀ ਜਾਊਗੀ ਚੰਡੀਗੜ੍ਹ ਦੇ ਵਿੱਚ ਵੀ ਮੁਹਿੰਮ ਜਿਹੜੀ ਆ ਪਿਛਲੇ ਮਹੀਨੇ ਦੌਰਾਨ ਵੱਡੇ ਪੱਧਰ ਤੇ ਉੱਤੇ ਕੀਤੀ ਗਈ ਆ ਹੋਰ ਵੀ ਪੰਜਾਬ ਦੇ ਜਿਹੜੇ ਵੱਖ-ਵੱਖ ਜਿਹੜੇ ਜ਼ਿਲ੍ਹੇ ਆ ਉਹਨਾਂ ਚ ਇਹ ਮੁਹਿੰਮ ਜਿਹੜੀ ਵਿੱਢੀ ਗਈ ਆ ਇੱਕ ਹੋਰ ਜਿਹੜੇ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਵਰਕਰ ਜਿਹੜੇ ਜੁੜੇ ਨੇ ਇੱਥੇ ਅਗਵਾਈ ਦੇ ਵਿੱਚ ਆਏ ਨੇ ਤਾਂ ਅਸੀਂ ਉਹਨਾਂ ਨੂੰ ਵੀ ਪੁੱਛਾਂਗੇ ਕਿ ਕੀ ਤੁਸੀਂ ਅਗਲੇ ਜਿਹੜ ਤਾਂ ਤਾਂ ਪਹਿਲਾਂ ਤਾਂ ਤੁਸੀਂ ਜਿਹੜੀ ਗੱਲ ਕੀਤੀ ਐ ਆਮ ਆਦਮੀ ਪਾਰਟੀ ਚ ਵਾਈ ਵਰਕਰ ਬਤੌਰ ਮੈਨੂੰ ਪੁਰਾਣੇ ਵਰਕਰ ਸਾਰੇ ਜਾਣਦੇ ਹੀ ਐ ਮੈਂ ਸਮਾਜ ਸੇਵੀ ਤੌਰ ਤੇ ਤੇ ਇਨ ਕਲੱਬੀ ਤੌਰ ਤੇ ਕੰਮ ਕੀਤਾ ਐ ਆਮ ਆਦਮੀ ਪਾਰਟੀ ਸਾਡੇ ਵਾਸਤੇ ਉਹ ਨਹੀਂ ਜ਼ਰੂਰੀ ਨਹੀਂ ਜਿੰਨਾ ਲੋਕ ਹਿੱਤ ਜ਼ਰੂਰੀ ਐ ਲੋਕ ਹਿੱਤ ਨੂੰ ਦੇਖਦੇ ਹੋਏ ਕਿਉਂਕਿ ਕੋਰੋਨਾ ਸੰਕਟ ਚੱਲ ਰਿਹਾ ਉਹਦੇ ਵਿੱਚ ਮਾਰ ਹਰੇਕ ਤੇ ਪਈ ਐ ਦਰਮਿਆਨਾ ਵਰਗ ਜਮ੍ਹਾਂ ਕੁਚਲਿਆ ਗਿਆ ਜਿਹੜਾ 10 20 ਸਾਲ ਉੱਠ ਨਹੀਂ ਸਕਦਾ ਮਲਾਜਮ ਹੋਣ ਜਾਂ ਦਿਹਾੜੀਦਾਰ ਹੋਣ ਅੱਜ ਜਿਹੜਾ ਉਦੋਂ ਵੀ ਪਤਲਾ ਕੁਹਾੜਾ ਮਾਰਿਆ ਜਾ ਰਿਹਾ ਵਰਾਇਆ ਜਾ ਰਿਹਾ ਮੈਂ 3 ਸਾਲ ਐਜੂਕੇਸ਼ਨ ਡਿਪਾਰਟਮੈਂਟ ਚ ਲਾਇਆ ਉਹਦੇ ਵਿੱਚ ਸਾਡੇ ਸਿੰਘਲਾ ਜੀ ਜਿਹੜੇ ਆਪਣੇ ਸਿੱਖਿਆ ਮੰਤਰੀ ਹੈ ਇਹ ਨਿੱਤ ਦਵਾਈਆਂ ਦਿੰਦੇ ਆ ਕਿ ਕਿਸੇ ਦਾ ਬੱਚਾ ਪੇਪਰਾਂ ਤੋਂ ਵਾਂਝਾ ਨਹੀਂ ਰੱਖਿਆ ਜਾਊਗਾ ਪਰ ਜਿਹੜੀਆਂ ਖਾਸ ਜਿਹੜੀਆਂ ਸੰਸਥਾਵਾਂ ਐਜੂਕੇਸ਼ਨ ਸੰਸਥਾਵਾਂ ਨਿੱਜੀ ਸੰਸਥਾਵਾਂ ਉਹ ਵਿਸ਼ੇਸ਼ ਰੂਪ ਚ ਮਾਪਿਆਂ ਨੂੰ ਥ੍ਰੈਟ ਕਰ ਰਹੀਆਂ ਨੇ ਕਿ ਵੀ ਬੱਚਾ ਨੂੰ ਪੇਪਰ 'ਚ ਬੈਠਾਣਾ ਦਿੱਤਾ ਜਾਊਗਾ ਕਿਦਾਜ ਸ਼ੁਰੂਆਤ ਕਰਤੀ ਹੈ ਕੁਝ ਗਰੁੱਪਾਂ ਦੇ ਵਿੱਚੋਂ ਬੱਚੇ ਕੱਢਦੇ ਆ ਦੂਸਰੀ ਗੱਲ ਜਿਹੜੀ ਪੇਰੈਂਟਸ ਐਸੋਸੀਏਸ਼ਨ ਨੇ ਆਪਦੀ ਅਪੀਲ ਪਾਈ ਹੈ ਹਾਈ ਕੋਰਟ ਚ ਸੈਕੰਡ ਬੈਂਚ ਦੇ ਵਿੱਚੋਂ ਲੱਗੀ ਵੀ ਹੈ ਜਿੰਨਾ ਚਿਰ ਉਹਦਾ ਕੋਈ ਫੈਸਲਾ ਨਹੀਂ ਆਉਂਦਾ ਕਿ ਉਹ ਪੇਰੈਂਟ ਦੇ ਪੱਖ ਚ ਆਉਂਦਾ ਜਾਂ ਵਿਰੋਧ ਚ ਆਉਂਦਾ ਉਹਨਾਂ ਚਿਰ ਅਸੀਂ ਡੀਸੀ ਸਾਹਿਬ ਨੂੰ ਵੀ ਇਤਨੀ ਮੈਨੇਜਮੈਂਟ ਨੂੰ ਵੀ ਐਸਡੀਐਮ ਸਾਹਿਬ ਨੂੰ ਵੀ ਇੱਕ ਐਸ ਵਕਤ ਤਾਂ ਬੇਨਤੀ ਕਰਦੇ ਆ ਲੈ ਵੀ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਬੱਚਿਆਂ ਦੇ ਪੇਰੈਂਟ ਨੂੰ ਥ੍ਰੈਟ ਨਾ ਕੀਤਾ ਜਾਵੇ ਐਜੂਕੇਸ਼ਨ ਉਸੇ ਤਰ੍ਹਾਂ 라 ਰੱਖੀ ਜਾਵੇ ਜਿਹੜੇ ਬੱਚੇ ਕੋਈ ਵੀ ਗਰੁੱਪਾਂ ਤੋਂ ਬਾਹਰ ਨਾ ਕੱਢੇ ਜਾਵਣ ਉਹਦੇ ਅਸੀਂ ਇਹ ਕਰਕੇ ਸੋਮਵਾਰ ਨੂੰ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦੇਵਾਂਗੇ ਕਿ ਵੀ ਜਿੰਨੇ ਵੀ ਤੁਹਾਡੇ ਡਿਸਟ੍ਰਿਕਟ ਚ ਅਦਾਰੇ ਆਉਂਦੇ ਆ ਉਹਨਾਂ ਨੂੰ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਲੈਟਰ ਇਸ਼ੂ ਕੀਤੇ ਜਾਣ ਤਾਂ ਜੋ ਕਿਸੇ ਵੀ ਬੱਚੇ ਨੂੰ ਬਾਹਰ ਨਾ ਕੱਢਿਆ ਜਾਵੇ ਤੇ ਪੇਪਰ ਦੇ ਵਿੱਚ ਭਾਇਆ ਜਾਵੇ ਪੇਰੈਂਟਸ ਨੂੰ ਮੀਡੀਆ ਰਾਹੀਂ ਜਾਂ ਹੋਰ ਮੈਸੇਜ ਰਾਹੀਂ ਇਹ ਥ੍ਰੈਟ ਨਾ ਕੀਤਾ ਜਾਵੇ ਬੱਚਾ ਲਈ ਪੇਪਰ ਦੇ ਵਿੱਚੋਂ ਬਾਹਰ ਕਿਉਂ ਮਨੋਂ ਬਲ ਡਾਊਨ ਹੁੰਦਾ ਬੱਚੇ ਦਾ ਹੋ ਸਕਦਾ ਲੇ ਵੀ ਇਹਨਾਂ ਦੇ ਇਸ ਇਸ ਮਾਰ ਦੇ ਵਿੱਚ ਲੋਕੀ ਬਹੁਤ ਦੁਖੀ ਹੈ ਜੇ ਕਿਸੇ ਪੇਰੈਂਟਸ ਨੇ ਇਹਨਾਂ ਦੀ ਦਿੱਤੀ ਧਮਕੀ ਮੁਤਾਬਕ ਜੇ ਕੋਈ ਆਗਦਾ ਗਲਤ ਸਟੈਪ ਚੱਕ ਲਿਆ ਉਹਦੀ ਜ਼ਿੰਮੇਵਾਰੀ ਇੱਥੋਂ ਦੇ ਜਿਹੜੀ ਨਿੱਜੀ ਸਕੂਲ ਦੇ ਜ਼ਿੰਮੇਵਾਰ ਹੋਣਗੇ ਪ੍ਰਸ਼ਾਸਨ ਹੋਊਗਾ ਇਹਨਾਂ ਨੇ ਕੋਰਟ ਆਫ ਕੰਡਕੰਪਟ ਨੂੰ ਵੀ ਛਿੱਕੇ ਟੰਗ ਕੇ ਪੇਰੈਂਟਸ ਨਾਲ ਇਹ ਮਜ਼ਾਕ ਜਾਂ ਧਮਕੀਆਂ ਕਰ ਰਿਹਾ ਪਰ ਅਸੀਂ ਜਿੰਨਾ ਚਿਰ ਸੰਘਰਸ਼ ਚੱਲੂਗਾ ਬੱਚਿਆਂ ਦੇ ਪੇਪਰ ਦਿਵਾਉਣ ਦੀ ਖਾਤਰਾਂ ਵਧਾਂਗੇ ਤੇ ਮੈਂ ਪੇਰੈਂਟਸ ਨੂੰ ਵੀ ਬੇਨਤੀ ਕਰਦਾ ਜਿਹਨਾਂ ਚਿਰ ਉਤਲਾ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਤੁਸੀਂ ਆਪਦਾ ਮਨੋਂ ਵੱਲ ਉੱਚਾ ਰੱਖਿਓ ਕਿਸੇ ਧਮਕੀ ਦੇ ਥੱਲੇ ਆਉਣ ਦੀ ਲੋੜ ਨਹੀਂ ਧੰਨਵਾਦ ਜੀ ਤਾਂ ਮਨਦੀਪ ਜੀ ਜਿਹੜਾ ਫੈਸਲਾ ਪਿੱਛਾ ਨੂੰ ਲੈ ਕੇ ਉਹ ਡਬਲ ਚ ਕੋਲੇ ਆ ਹਲੇ ਉਹਦਾ ਜਿਹੜਾ ਨਤੀਜਾ ਆਉਣਾ ਜਿਹੜਾ ਆ ਉਹ ਬਾਕੀ ਆ ਉਹਨੂੰ ਜਿਹੜੇ ਮਾਪੇ ਆ ਉਹ ਕਿਵੇਂ ਦੇਖ ਲਿਆ ਦੇਖੋ ਮੈਂ ਇੱਥੇ ਦੱਸਣਾ ਚਾਹਣਾ ਹੈ ਕਿ ਸਿੰਗਲ ਬੈਂਚ ਦਾ ਫੈਸਲਾ ਆ ਚੁੱਕਿਆ ਹੈ ਪੰਜਾਬ ਹਾਈ ਕੋਰਟ ਦਾ ਉਹ ਮਾਪਿਆਂ ਦੇ ਖਿਲਾਫ ਹੈ ਸ਼ੋਰੀ ਖਿਲਾਫ ਹੈ ਪਰ ਉਹਦੇ ਵਿੱਚ ਵੀ ਆਏ ਨਹੀਂ ਕਿਹਾ ਗਿਆ ਵੀ 100% ਫੀਸ ਲੈ ਲਓ ਤੁਸੀਂ ਉਹਨਾਂ ਨੇ ਵੀ ਇਸ ਤਰ੍ਹਾਂ ਕਿਹਾ ਹੈ ਕਿ ਜਿੰਨੇ ਤੁਹਾਡੇ ਖਰਚੇ ਆ ਉਹਦਾ ਮਲੰਕਣ ਕਰਕੇ ਉਹ ਹਿਸਾਬ ਨਾਲ ਫੀਸ ਲੈ ਸਕਦੇ ਆ ਤਾਂ ਮਨਦੀਪ ਜੀ ਆਪਾਂ ਖਰਚਿਆਂ ਦੀ ਗੱਲ ਕਰੀਏ ਤਾਂ ਹਨਾ ਲਾਕਡਾਊਨ ਦੇ ਦੌਰਾਨ ਜਿਹੜੀ ਬਿਜਲੀ ਵੀ ਬੰਦ ਰਹੀ ਆ ਹਨਾ ਸਾਰਾ ਕੁਝ ਬੰਦ ਰਿਆ ਸਕੂਲਾਂ ਦਾ ਮੈਂ ਤਾਂ ਨਹੀਂ ਲੱਗਦਾ ਵੀ ਕੋਈ ਖਰਚਾ ਹਨਾ ਜਿਹੜਾ ਹੁੰਦਾ ਹੋਊਗਾ ਉਹੀ ਅਸੀਂ ਗੱਲ ਕਰਨ ਜਾ ਰਹੇ ਆ ਨਾ ਉਹੀ ਸਕੂਲਾਂ ਨਾਲ ਗੱਲ ਕਰਨੀ ਆ ਉਹੀ ਪ੍ਰਸ਼ਾਸਨ ਨਾਲ ਗੱਲ ਕਰਨੀ ਆ ਵੀ ਇਹ ਕੀ ਹੈ ਕੰਟੈਂਪਟ ਆਫ ਕੋਰਟ ਨਹੀਂ ਬੰਦਦਾ ਜਦੋਂ ਖਰਚੇ ਨੇ ਹੋਏ ਨਹੀਂ ਉਹਨਾਂ ਦੇ ਕੋਈ ਬਿਲਡਿੰਗ ਦਾ ਖਰਚਾ ਨਹੀਂ ਆਇਆ ਕੋਈ ਬਿਜਲੀ ਦਾ ਖਰਚਾ ਨਹੀਂ ਆਇਆ ਪੀਣ ਰੱਖੇ ਹੁੰਦੇ ਆ ਗਰਾਊਂਡ ਲੈਵਲ ਤੇ ਉਹਨਾਂ ਦਾ ਕੋਈ ਖਰਚਾ ਨਹੀਂ ਆਇਆ ਹੋਰ ਟਰਾਂਸਪੋਰਟ ਦਾ ਕੋਈ ਖਰਚਾ ਨਹੀਂ ਆਇਆ ਫਿਰ ਉਹ ਫੀਸ 100% ਕਿਵੇਂ ਲੈ ਸਕਦੇ ਆ ਸਾਡੇ ਤੋਂ ਮੰਗ ਕੀਤੀ ਗਈ ਹੈ 100% ਅਸੀਂ ਕੰਟੈਂਪਟ ਆਫ ਕੋਰਟ ਦੀ ਗੱਲ ਕਰਾਂਗੇ ਡੀਸੀ ਸਾਹਿਬ ਕੋਲੇ ਐਸਡੀਐਮ ਸਾਹਿਬ ਕੋਲੇ ਮੰਡੇ ਨੂੰ ਦੂਜੀ ਗੱਲ ਮੈਂ ਪੰਜਾਬ ਸਰਕਾਰ ਤੇ ਵੀ ਲਿਉਣੀ ਚਾਹਣਾ ਹੈ ਅਗਰ ਕੋਰਟ ਦਾ ਫੈਸਲਾ ਆ ਗਿਆ ਮੰਨ ਲਓ ਕੋਰਟ ਦਾ ਫੈਸਲਾ ਆ ਗਿਆ ਪਰ ਕੀ ਪੰਜਾਬ ਸਰਕਾਰ ਕੋਲੇ ਇੰਨੇ ਨਹੀਂ ਨੇ ਕਿ ਕੋਰਟ ਦੇ ਫੈਸਲੇ ਨੂੰ ਨਲਿਫਾਈ ਕਰ ਸਕਣ ਪੰਜਾਬ ਸਰਕਾਰ ਚਾਰ ਆਰਡੀਨੈਂਸ ਲੈ ਕੇ ਆਈ ਹੈ ਪੰਜ ਆਰਡੀਨੈਂਸ ਲੈ ਕੇ ਆਈ ਹੈ ਕੱਲ ਪਰਸੋਂ ਕਿ ਇਹ ਇਹ ਆਰਡੀਨੈਂਸ ਨਹੀਂ ਲਿਆ ਸਕਦੀ ਸੀ ਕਿ ਸਕੂਲ ਕਰੋਨਾ ਦੇ ਟਾਈਮ ਵਿੱਚ ਇਨੀ ਫੀਸ ਨਹੀਂ ਲੈ ਸਕਦੇ ਉਹਨਾਂ ਕੋਲ ਅਧਿਕਾਰ ਹੈ ਕਹਿੰਦੀ ਘਰ ਪਈਏ ਬਣਾ ਲੈਣ ਦੇ ਸਕੂਲ ਤੋਂ ਹਰੇ ਐਮਐਲਏ ਵਿੱਚੋਂ ਮੈਨੂੰ ਲੱਗਦਾ ਹੈ ਵੀ 30 35 ਐਮਐਲਏ ਦੇ ਆਪ ਦੇ ਸਕੂਲ ਹੋਣਗੇ ਤਾਂ ਕਿਉਂ ਇਹ ਫੈਸਲਾ ਲੈਣਗੇ ਕਿਉਂ ਆਰਡੀਨੈਂਸ ਕੱਢਣਗੇ ਪੰਜਾਬ ਸਰਕਾਰ ਇਹਦੇ ਵਿੱਚ ਜ਼ਿੰਮੇਦਾਰ ਆ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਲੋਕਾਂ ਪ੍ਰਤੀ ਸੋਚਣਾ ਚਾਹੀਦਾ ਹੈ ਉਹ ਚੰਦ ਸਕੂਲ ਦੇ ਮਾਲਕ ਜੋ ਸਹਿਦ 1-2% ਵੀ ਨਾ ਹੋਣ ਪੂਰੇ ਪੰਜਾਬ ਦੇ ਉਹਨਾਂ ਵਿੱਚ ਉਹਨਾਂ ਦੇ ਹੱਕ ਵਿੱਚ ਸੋਚਣਾ ਨਹੀਂ ਚਾਹੀਦਾ ਤੇ ਉਹ 2% ਤੁਹਾਨੂੰ ਤੁਹਾਨੂੰ ਸਰਕਾਰ ਨਹੀਂ ਬਣਾਉਣ ਦੇਣਗੇ ਇਹ ਸਰਕਾਰ ਬਣਾਉਣੀ ਹੈ 98% ਨਹੀਂ ਲੋਕ ਪੱਖੀ ਸੋਚੋਗੇ ਤਾਂ ਔਣ ਵਾਲੇ ਸਮੇਂ ਦੇ ਵਿੱਚ ਫਿਰ ਸਰਕਾਰ ਦਾ ਤੁਸੀਂ ਆਨੰਦ ਲੈ ਪਾਉਗੇ ਫਿਰ ਮੈਂ ਲਾਸਟ ਵਿੱਚ ਬੇਨਤੀ ਕਰਨਾ ਚਾਹਣਾ ਸਾਰੇ ਕੋਟਕਪੂਰੇ ਫਰੀਦਕੋਟ ਦੇ ਨਿਵਾਸੀਆਂ ਨੂੰ ਕਿ ਦੋਸਤੋ ਅੱਜ ਸਮਾਂ ਹੈ ਇਕੱਠੇ ਹੋਣ ਦਾ ਆਪਾਂ ਸੋਮਵਾਰ ਕੋਟਕਪੂਰਾ ਦੇ ਅਸ਼ੋਕਾ ਪਾਰਕ ਦੇ ਵਿੱਚ ਸਵੇਰ 10 ਵਜੇ ਇਕੱਠੇ ਹੋਣਾ ਹੈ ਤਾਂ ਜੋ ਆਪਾਂ ਐਸਡੀਐਮ ਸਾਹਿਬ ਨੂੰ ਮੋਮਰੈਂਡਮ ਦੇ ਸਕੀਏ ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕਰ ਸਕੀਏ ਤੁਹਾਡਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਹੀ ਪੇਰੈਂਟਸ ਜੋ ਇੱਥੇ ਇਕੱਤਰ ਹੋਏ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀਗੇ ਜਨਤਾ ਦੇ ਜਿਹੜੇ ਨੁਮਾਇंदे ਜਿਹੜੇ ਸੀਗੇ ਜਨਤਾ ਦੇ ਹਨਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਆ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਉਹਨਾਂ ਮਾਪਿਆਂ ਦੇ ਨੁਮਾਇंदे ਜਿਨ੍ਹਾਂ ਦੇ ਬੱਚਿਆਂ ਨੂੰ ਇੱਕ ਨਿੱਜੀ ਸਕੂਲ ਨੇ ਜਿਹੜਾ ਆ ਗਰੁੱਪ ਦੇ ਵਿੱਚੋਂ ਸਟੱਡੀ ਗਰੁੱਪ ਦੇ ਵਿੱਚੋਂ ਕੱਢ ਦਿੱਤਾ ਹੁਣ ਇਹਨਾਂ ਨੇ ਜਿਹੜੇ ਆ ਦੋਸ਼ ਲਾਏ ਨੇ ਕਿ ਜਿਹੜੇ ਮੰਤਰੀ ਨੇ ਸਰਕਾਰ ਦੇ ਮੰਤਰੀ ਨੇ ਉਹ ਸੰਜੀਦਾ ਨਹੀਂ ਆ ਸਰਕਾਰ ਜਿਹੜੀ ਆ ਇਹਨਾਂ ਸਕੂਲਾਂ ਦੀ ਜਿਹੜੀ ਗੱਲਬਾਤ ਨੂੰ ਲੈ ਕੇ ਆ ਫੀਸਾਂ ਦੀ ਗੱਲਬਾਤ ਨੂੰ ਲੈ ਕੇ ਸੰਜੀਦਾ ਨਹੀਂ ਆ ਕਿਉਂਕਿ ਜਿਹੜੇ ਉਹਨਾਂ ਦੇ ਮੰਤਰੀ ਆ ਉਹਨਾਂ ਦੇ ਆਪ ਦੇ ਸ਼ੇਅਰ ਨਹੀਂ ਉਹਨਾਂ ਦੇ ਆਪ ਦੇ ਸਕੂਲ ਨੇ ਹੁਣ ਦੇਖਣਾ ਇਹ ਹੋਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਸਰਕਾਰ ਜਾਂ ਪ੍ਰਸ਼ਾਸਨ ਜਿਹੜਾ ਆ ਕਿਵੇਂ ਹਰਕਤ ਦੇ ਵਿੱਚ ਆਉਂਦਾ ਆ ਕੈਮਰਾਮੈਨ ਜਪਨੀਤ ਸਿੰਘ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਮਰਾ ਜ਼ਿੰਦਾਬਾਦ ਚੈਨਲ ਫਰੀਦਕੋਟ